ਹੌਸ ਬੀਟਲਾ ਚ ਪਾਤੀ ਤੂੰ ਮਢੀਰ ਕਿਉਂ ਐਵੇਂ ਸਾਡੇ ਨਾਲ ਖਾਈ ਰਹਿੰਦੇ ਆ। ਮੈਨੂੰ ਜੇ ਕੋਈ ਐ ਕਹੇ ਨਾ ਗਾਣਾ ਸੁਣਾਓ, ਮੈਨੂੰ ਯਾਦ ਨੀ ਆਉਂਦਾ ਕਿਹੜਾ ਸੁਣਾਓ। ਵੇ ਯੱਟਾ ਤੇਰੇ ਰੋਲੇ ਕਿਉਂ ਨੀ। ਸਤਿ ਸ਼੍ਰੀ ਅਕਾਲ ਜੀ, ਅੱਜ ਦੇ ਇਸ ਸਟੂਡੀਓ ਲਾਈਵ ਦੇ ਵਿੱਚ ਅਸੀਂ ਡਬਿੰਗ ਕੀਤੀ ਹੈ। ਸੋ ਡਬਿੰਗ ਸਾਡੇ ਭਰਾ ਸਾਵਨ ਜੋੜਾ, ਸਤਿ ਸ਼੍ਰੀ ਅਕਾਲ ਜੀ, ਤੇ ਇਧਰੋਂ ਮੈਡਮ ਜਸ਼ਨਮੀਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਤੇ ਬਹੁਤ ਵਧੀਆ ਤਜਰਬਾ ਰਿਹਾ। ਕੁੱਲ ਮਿਲਾ ਕੇ ਅਸੀਂ ਅੱਜ ਦੋ ਗੀਤ ਡਬ ਕੀਤੇ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਦੋਨਾਂ ਦੇ ਡਿਊਟ ਸੌਂਗ ਆਉਣ ਵਾਲੇ ਨੇ, ਤੇ ਉਹਦੇ ਬਾਅਦ ਤੁਹਾਨੂੰ ਬਾਕੀ ਮੈਡਮ ਦੱਸਣਗੇ। ਹਾਂਜੀ ਹਾਂਜੀ ਹਾਂਜੀ, ਪਹਿਲਾਂ ਅਸੀਂ ਫਿਲਹਾਲ ਇੱਕ ਗੀਤ ਕਰਨ ਹੀ ਆਏ ਸੀ, ਹੈ ਨਾ, ਪਰ ਸਾਵਨ ਵੀਰੇ ਨੇ ਜਦੋਂ ਦੂਸਰਾ ਸੌਂਗ ਸੁਣਾਇਆ ਤਾਂ ਸਾਨੂੰ ਲੱਗਿਆ ਵੀ ਆਹ ਗੀਤ ਵੀ ਬਹੁਤ ਵਧੀਆ, ਹੈ ਨਾ, ਵੀ ਇਹ ਵੀ ਕਰਨਾ ਚਾਹੀਦਾ। ਇਸ ਕਰਕੇ ਫਿਰ ਅਸੀਂ ਦੋਨੋਂ ਗਾਣੇ ਕੀਤੇ, ਬਹੁਤ ਹੀ ਵਧੀਆ ਸੌਂਗ ਨੇ, ਛੇਤੀ ਤੁਹਾਡੇ ਰੂਬਰੂ ਕਰਾਂਗੇ, ਹੈ ਨਾ, ਲੈ ਕੇ ਆਵਾਂਗੇ ਜਲਦੀ, ਬਹੁਤ ਵਧੀਆ। ਤੇ ਹਾਂਜੀ ਬਾਈ ਜੀ, ਪੱਟੀ ਸਾਹਿਬ, ਮੈਂ ਕਾਫੀ ਪੀਣ ਚ ਬੀਜੀ ਸੀ ਪਹਿਲਾਂ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ, ਜਿਹੜੇ ਸੰਗੀਤ ਮਤਲਬ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਭਰਾ, ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੇ ਵੱਲੋਂ, ਜਾਣੀ ਕਿ ਬੀ ਐਸ ਪੱਟੀ ਐਂਡ ਜਸ਼ਨਮੀਤ। ਤੇ ਅੱਜ ਅਸੀਂ ਆਏ ਸੀ ਜਸਵਿੰਦਰ ਭਰਾ ਦੇ ਸਟੂਡੀਓ ਦੇ ਵਿੱਚ, ਤੇ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਹਨ, ਤੇ ਨਿੱਘਾ ਸੁਭਾਅ ਸਾਡੇ ਭਰਾ ਦਾ, ਮਿਲਣਸਾਰਨ ਬੰਦੇ ਨੇ ਸਾਡੇ ਭਰਾ, ਹਨਾ। ਤੇ ਉਧਰਲੇ ਵੇ ਸਾਡੇ ਭਰਾ ਸਾਵਨ ਜੋੜਾ ਜੀ, ਜਿਨ੍ਹਾਂ ਦਾ ਆਪਾਂ ਅੱਜ ਗਾਣਾ, ਇੱਕ ਗਾਣਾ ਪਹਿਲਾਂ ਕੀਤਾ ਸੀ, ਇੱਕ ਗਾਣਾ ਜੀ ਹੁਣ ਕਰ ਰਿਹਾ ਸੀ, ਤੇ ਨਾਲ ਦੀ ਨਾਲ ਇੱਕ ਗਾਣਾ ਹੋਰ ਸੁਣਾਇਆ ਸਾਨੂੰ ਸਾਵਨ ਜੀ ਨੇ। ਤੇ ਇੱਕ ਟੀਮ ਵਰਕ ਹੈ ਆਪਣਾ ਸਾਰਾ, ਹਨਾ, ਤੇ ਸਿੱਖਿਆ ਵੀ ਇਹ ਗੀਤ ਵੀ ਹੋ ਜਾਣਾ ਚਾਹੀਦਾ, ਤੇ ਸਾਡੇ ਟੀਮ ਵਰਕ ਦੇ ਸਭ ਦੇ ਮਤਲਬ ਸਹਿਯੋਗ ਦੇ ਨਾਲ ਇਹ ਗਾਣਾ ਵੀ ਅਸੀਂ ਅੱਜ ਕੰਪਲੀਟ ਕਰਤਾ, ਜਾਣੀ ਕਿ ਅੱਜ ਦੋ ਗਾਣੇ ਬੈਕ ਟੂ ਬੈਕ ਜਿਹੜੇ ਆਪਾਂ ਡਬ ਕੀਤੇ ਆ, ਤੇ ਚਾਰ ਗਾਣੇ ਆ ਰਹੇ ਸਾਡੇ ਸਾਵਨ ਜੀ ਦੇ ਭਾਈ, ਬੈਕ ਟੂ ਬੈਕ ਆਉਣਗੇ ਵਿਦ ਵੀਡੀਓ। ਬਾਬਾ ਰੱਖੇ ਸੁੱਖ, ਤੇ ਤੁਸੀਂ ਸਾਰੇ ਨੇ ਫੁੱਲ ਸਪੋਰਟ ਕਰਨੀ ਹੈ ਤੇ ਸ਼ੇਅਰ ਕਰਨਾ, ਤੇ ਇੱਧਰਲੇ ਪਾਸੇ ਸਾਡਾ ਭਰਾ ਜਸਵਿੰਦਰ ਤੁਹਾਨੂੰ ਬਾਕੀ ਗੱਲ ਦੱਸਣਗੇ ਜੀ। ਥੈਂਕ। ਹਾਂਜੀ ਹਾਂਜੀ, ਸੋ ਬਹੁਤ ਵਧੀਆ ਤਜਰਬਾ ਰਿਹਾ। ਬਾਕੀ ਕਿਸੇ ਨੇ ਕੋਈ ਆਵਾਜ਼ ਲੈਣੀ ਹੋਵੇ ਗੀਤ ਦੇ, ਵੈਸੇ ਤਾਂ ਇਹਨਾਂ ਦੇ ਆਪਣੀ ਸੌਂਗ ਕਾਫੀ ਆਉਂਦੇ ਰਹਿੰਦੇ, ਦੋਨੇ ਬਹੁਤ ਸੋਹਣਾ ਗਾਉਂਦੇ ਨੇ, ਲਾਈਵ ਪ੍ਰੋਗਰਾਮ ਵੀ ਪਾਈ ਜਾਂਦੇ ਹੁੰਦੇ ਨੇ, ਤੇ ਲਾਈਵ ਪ੍ਰੋਗਰਾਮ ਦੇਖ ਕੇ ਤਾਂ ਫਿਰ ਮਤਲਬ ਬੰਦੇ ਦੀ ਅੱਡੀ ਚੱਕੇ ਬਿਨਾਂ ਰਹਿ ਹੀ ਨਹੀਂ ਸਕਦੇ, ਇੰਨਾ ਤਜਰਬਾ ਇਹਨਾਂ ਦਾ ਲਾਈਵ ਦਾ ਤਾਂ। ਤੇ ਕਿਸੇ ਨੇ ਵੀ ਕੋਈ ਇੱਦਾਂ ਦੀ ਜ਼ਰੂਰਤ ਹੋਵੇ ਲਾਈਵ ਦੀ ਤਾਂ ਉਹ ਸਾਡੇ ਨਾਲ ਜਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਬਾਕੀ ਡਬਿੰਗ ਵਾਸਤੇ ਅਸੀਂ ਜ਼ਿਆਦਾਤਰ ਪ੍ਰੈਫਰ ਇਹਨਾਂ ਨੂੰ ਕਰਦੇ ਹਾਂ, ਕਿਉਂਕਿ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ, ਹੈ ਨਾ ਸਾਹਿਬ। ਹਾਂਜੀ ਬਿਲਕੁਲ ਜੀ। ਕਈ ਵਾਰ ਕੀ ਹੁੰਦਾ ਵੀ ਜੇ ਆਵਾਜ਼ ਕੱਚੀ ਹੁੰਦੀ ਆ ਕੁੜੀ ਜਾਂ ਨਹੀਂ ਸਮਝ ਸਕਦੀ, ਆਰਟਿਸਟ ਜ਼ਿਆਦਾ ਟਾਈਮ ਲਾ ਆਉਂਦਾ, ਫਿਰ ਉਹ ਆਪਦਾ ਵੀ ਐਂ ਲੱਗਦਾ ਵੀ ਜ਼ਿਆਦਾ ਟਾਈਮ ਮਤਲਬ ਵੇਸਟ ਹੋਈ ਜਾਂਦਾ, ਪਰ ਇਹਨਾਂ ਦਾ ਕੋਈ ਮਤਲਬ ਨਹੀਂ। ਅਸੀਂ ਇੱਥੇ ਆ ਕੇ ਇਹ ਗੀਤ ਸੁਣਦੇ ਨੇ, ਇੱਥੇ ਆ ਕੇ ਗੀਤ ਦੇਖਦੇ ਨੇ ਵੀ ਆਹ ਗੀਤ ਆਹ ਕੰਪੋਜੀਸ਼ਨ ਹੈ, ਅੰਦਰ ਜਾਓ ਤੇ ਚਾਹ ਪੀਂਦੇ ਪੀਂਦੇ ਗੀਤ ਡੱਬੇ ਹੋ ਜਾਂਦੇ। ਸੋ ਬਹੁਤ ਵਧੀਆ ਰਿਹਾ ਨਾ, ਸ਼ੁਕਰੀਆ। ਹਾਂਜੀ ਹਾਂ, ਇਹ ਸਾਰਾ ਜਿਹੜਾ ਕ੍ਰੈਡਿਟ ਹੈ ਸਰੋਤਿਆਂ ਨੂੰ ਜਾਂਦਾ। ਹਾਂਜੀ ਹਾਂਜੀ, ਕਿਉਂਕਿ ਸਰੋਤੇ ਪਿਆਰ ਕਰਦੇ ਆ ਤੇ ਜਿਹੜਾ ਆਪਣਾ ਕੰਫੀਡੈਂਸ ਆ ਉਹ ਅਪ ਰਹਿੰਦਾ ਉਹਦੇ ਨਾਲ, ਹਨਾ, ਤੇ ਉਹ ਵਰਕ ਵਧੀਆ ਹੁੰਦਾ ਰਹਿੰਦਾ ਉਹਦੇ ਕਰਕੇ। ਜਿੱਦਾਂ ਬੈਕ ਟੂ ਬੈਕ ਗਾਣੇ ਸਾਡੇ ਆ ਰਹੇ ਆ ਜੀ, ਪਹਿਲਾਂ ਹਨਾ ਕਾਫੀ ਮੁੰਡਿਆਂ ਦੇ ਨਾਲ, ਭਰਾ ਜਿਹੜੇ ਨਵੇਂ ਉਹਨਾਂ ਨਾਲ ਵੀ, ਕੁਝ ਸੀਨੀਅਰ ਸਿੰਗਰ ਵੀ ਉਹਨਾਂ ਨਾਲ ਵੀ ਆ ਰਹੇ ਆ। ਸੋ ਗਾਣੇ ਤੁਸੀਂ ਪਹਿਲਾਂ ਵੀ ਸੁਣਦੇ ਹੋ ਮੈਡਮ ਦੀ ਵੋਕਲ ਦੇ ਵਿੱਚ, ਤੇ ਆਸ ਉਮੀਦ ਕਰਦੇ ਹਾਂ ਤੁਸੀਂ ਸਾਡੇ ਭਰਾ ਸਾਵਨ ਦੇ ਗਾਣਿਆਂ ਨੂੰ ਔਰ ਮੈਡਮ ਦੀ ਵੋਕਲ ਨੂੰ ਪਿਆਰ ਕਰੋਗੇ ਤੇ ਸਪੋਰਟ ਕਰੋਗੇ ਜੀ। ਥੈਂਕ ਯੂ, ਜਾਂਦੇ ਰਹੋ। ਤੇ ਪਹਿਲਾਂ ਇੱਕ ਜਿਹੜਾ ਗਾਣਾ ਕਾਫੀ ਵਾਇਰਲ ਹੋਇਆ, ਕਿਹੜੇ ਕਹਿੰਦੇ ਸੀ ਭਾਈ, ਪੌਰੀਲਾ ਬਣੀ ਉਹਨਾਂ ਨੂੰ,
ਲੰਮੇ ਵਾਲ ਗਾਣੇ ਤੇ ਬਹੁਤ ਰੀਲਾ ਬਣ ਗਏ ਲੰਮੇ ਵਾਲ ਉਸ ਤੋਂ ਪਹਿਲਾਂ ਸਾਡਾ ਆਪਦਾ ਗਾਣਾ ਸੀਗਾ ਰੌਲੇ ਗਾਣਾ ਬਠਿੰਡੇ ਵਾਲਾ ਪਰਚਾ ਔਰ ਉਸ ਤੋਂ ਬਾਅਦ ਟਰੱਕਰ ਗਾਣਾ ਸੀਗਾ ਉਹਦੀਆਂ ਕਾਫੀ ਰੀਲਾ ਬਣੀਆਂ ਜੀ ਉਦੋਂ ਬਾਅਦ ਬਾਈ ਕਰਮਜੀਤ ਪੁਰੀ ਜੀ ਦਾ ਲਿਖਿਆ ਹੋਇਆ ਬਿੱਟੂ ਅੱਡਾ ਦਾ ਗਾਇਆ ਹੋਇਆ ਔਰ ਨਾਲ ਮੈਡਮ ਨੇ ਸਾਥ ਦਿੱਤਾ ਜੀ ਵੋਕਲ ਦੇ ਵਿੱਚ ਰਵੰਡਿੰਗ ਗੀਤ ਸੀਗਾ ਟੌਰ ਬਾਂਜੂ ਗਾਣੇ ਦਾ ਨਾਂ ਸੀ ਟੌਰ ਬਾਂਜੂ ਉਹ ਗਾਣਾ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਟ੍ਰੈਂਡਿੰਗ ਚ ਰਿਹਾ ਗਾਣਾ ਉਸ ਤੋਂ ਬਾਅਦ ਲੰਮੇ ਵਾਲ ਗਾਣਾ ਟ੍ਰੈਂਡਿੰਗ ਚ ਰਿਹਾ ਹਨਾ ਗਿੱਲ ਰੋਟਾ ਜੀ ਦੇ ਨਾਲ ਮਤਲਬ ਮੈਡਮ ਨੇ ਕੀਤਾ ਸੀ ਗਾਣਾ ਪਰ ਉਸ ਤੋਂ ਬਾਅਦ ਬੈਕ ਟੂ ਬੈਕ ਇੱਕ ਗਾਣਾ ਸਾਡਾ ਹੋਰ ਨਾਲ ਦੀਆਂ ਟ੍ਰੈਂਡਿੰਗ ਚ ਰਿਹਾ ਅਮਲੀ ਨਾਲ ਯਾਰੀ ਉਹ ਵੀ ਗਿੱਲ ਰੋਟਾ ਤੇ ਮੈਡਮ ਦੀ ਵੋਕਲ ਸੀ ਤੇ ਅਸੀਂ ਧੰਨਵਾਦ ਕਰਦੇ ਹਾਂ ਲੋਕਾਂ ਦਾ ਸਾਡੇ ਭਰਾ ਜਿਹੜੇ ਬੜਾ ਪਿਆਰ ਕਰਦੇ ਆ ਗਾਣਿਆਂ ਨੂੰ ਮੈਡਮ ਦੀ ਵੋਕਲ ਨੂੰ ਸਪੋਰਟ ਕਰਦੇ ਆ ਤੇ ਬਾਕੀ ਪਹਿਲਾਂ ਸਾਨੂੰ ਕਮੈਂਟ ਆਈ ਕਹਿੰਦੇ ਮੈਡਮ ਨੇ ਆਵਾਜ਼ ਨਹੀਂ ਸੁਣਾਈ ਥੋੜਾ ਕੋਈ ਦੋ ਲੈਣਾ ਸੁਣਾ ਦਿਓ ਕਿਸੇ ਵੀ ਗੀਤ ਦੀ ਹਾਂ ਸੁਣਾਓ ਜੀ ਕਿਹੜਾ ਗੀਤ ਸੁਣਾਈ ਕੋਈ ਵੀ ਸੁਣਾਣਾ ਮੈਨੂੰ ਜੇ ਕੋਈ ਐ ਕਹੇ ਨਾ ਗਾਣਾ ਸੁਣਾਓ ਮੈਨੂੰ ਯਾਦ ਨਹੀਂ ਆਉਂਦਾ ਕਿਹੜਾ ਸੁਣਾਵਾਂ ਚਲੋ ਫਿਰ ਵੀ ਗਾਣੇ ਬਠਿੰਡੇ ਵਾਲਾ ਪਰਚਾ ਸੁਣਾਉਂਦੇ ਆ ਤੁਹਾਨੂੰ ਸੁਣਾ ਦਿਓ ਪਹੀ ਜੋ ਸਰਾਣੇ ਉੱਤ ਤੜਕੇ ਹੀ ਚੁੰਮਦਾ ਤੀਜੇ ਦਿਨੋਂ ਕੋਟ ਤੇ ਕਚਹਿਰੀਆਂ ਚ ਘੁੰਮਦਾ ਹੌਸ ਬੀਟਲਾਂ ਚ ਪਾਤੀ ਤੂੰ ਮਢੀਰ ਕਿਉਂ ਨਹੀਂ ਐਵੇਂ ਸਾਡੇ ਨਾਲ ਖਈ ਰਹਿੰਦੇ ਆ ਆਓ ਯੱਟਾ ਤੇਰੇ ਰੌਲੇ ਕਿਉਂ ਨਹੀਂ ਮੁੱਕਦੇ ਓ ਡੇਲੀ ਨਵੇਂ ਪਏ ਰਹਿੰਦੇ ਆ ਵੇ ਯੱਟਾ ਤੇਰੇ ਰੌਲੇ ਕਿਉਂ ਨਹੀਂ ਮੁੱਕਦੇ ਓ ਮਾ ਕਿਹਾ ਡੇਲੀ ਨਵੇਂ ਪਏ ਰਹਿੰਦੇ ਆ ਵੇ ਸੁਣਦੀਆਂ ਰੌਲਾ ਯੱਟਾ ਡੇਲੀ ਤੇਰੇ ਚਰਚੇ ਦਾ ਬਣੇ ਆ ਕੀ ਦੱਸ ਵੇ ਬਠਿੰਡੇ ਵਾਲੇ ਪਰਚੇ ਦਾ ਕਰਦੇ ਆ ਨੰਬਰ ਟਰੇਸ ਮੇਰੀ ਗੱਡੀ ਦਾ ਨੀ ਚਾਰੇ ਪਾਸੇ ਰੌਲਾ ਸਾਡੀ ਗੱਲਬਾਤ ਵੱਡੀ ਦਾ ਵੇ ਮੇਰੇ ਸ਼ਹਿਰ ਦੇ ਸੁਣੀ ਦੇ ਉਸਤਾਦ ਜੋ ਨਹੀਂ ਆ ਕੇ ਸਾਡੇ ਨਾਲ ਬਹਿ ਰਹਿੰਦੇ ਆ ਆਓ ਯੱਟਾ ਤੇਰੇ ਰੌਲੇ ਕਿਉਂ ਨੀ ਮੁੱਕਦੇ ਮਾਖਿਆ ਡੇਲੀ ਨਵੇਂ ਪਏ ਰਹਿੰਦੇ ਆ ਵੇ ਯੱਟਾ ਤੇਰੇ ਰੌਲੇ ਕਿਉਂ ਨੀ ਮੁੱਕਦੇ ਓ ਡੇਲੀ ਨਵੇਂ ਪਏ ਰਹਿੰਦੇ ਆ ਪਰ ਹੁਣ ਜਿਹੜਾ ਇਹਨਾਂ ਚ ਨਵਾਂ ਰੰਗ ਨਵੀਂ ਉਮਰ ਦੇ ਜਿਵੇਂ ਮੁੰਡੇ ਲਿਖਦੇ ਆ ਉਸ ਟਾਈਪ ਦਾ ਅਸੀਂ ਰੰਗ ਦੇਖਣ ਨੂੰ ਲੱਗਿਆ ਤੇ ਕਿਸੇ ਨੂੰ ਗੀਤਾਂ ਦੀ ਲੋੜ ਹੋਵੇ ਤਾਂ ਸਾਵਨ ਪਾਸੋਂ ਲੈ ਸਕਦੇ ਹੋ ਕਹਿਣਾ ਚਾਹੋਗੇ ਸਮਾਂ ਬਟਾ ਬਾਜੀ ਤੁਸੀਂ ਪੱਡੀ ਨੂੰ ਸਾਰੀ ਤੁਸੀਂ ਕਹਿਤਾ ਕਿ ਇੱਕੋ ਹੀ ਗੱਲ ਹੈ ਠੀਕ ਆ ਇਹ ਤਾਂ ਐਂ ਬਸ ਸਾਊ ਜਿਹਾ ਮੁੰਡਾ ਸੀ ਸਵਾਲ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ